डायरेक्टर पशुपालन विभाग पंजाब के दिशा निर्देशों तहत ते डॉक्टर जसवंत सिंह डिप्टी डायरेक्टर फिरोजपुर डॉक्टर तेजबीर सिंह रंधावा प्रोजेक्ट कोऑर्डिनेटर समेत होरना अधिकारियों की अगवाई हेठ गुरु हरसहाय दे सिविल पशु डिस्पेंसरी पिंड पिंडी विखे काफ रैली ते पशु मेले का आयोजन किया गया। इस काफ रैली अंदर तकरीबन 160 के करीब पशु पालक किसानों वालों हिस्सा लिया गया ते इन्हां दे मालक पशु पालकां नूं पहले दूजे अते तीजे नंबर ते रहण वाले जेतुआं नूं ट्रॉफियां स्टील दीआं बाल्टियां ते होर पशुआं लई दवाइयां ते मिनरल मिक्सर समेत इनाम दे के सन्मानित किया गया। इस मौके पहुंचे मुख मेहमान डॉक्टर तेजबीर सिंह रंधावा कोऑर्डिनेटर ने पशु पालक किसानों नूं नीली रावी ब्रीड प्रोजेक्ट बारे जानकारी दी अते पशु पालकों नूं इस नाल जुड़न लई प्रेरित भी किया। उन्हां पशु पालकों नूं जागरूक करदिआं कहा कि समय समय सिर पशु पालक विभाग वालों पशुआं नूं बीमारियों तों बचाउण लई कैंप लगाए जांदे हन ते पशु पालकों नूं इन्हां दा लाहा लैणा चाहीदा है। ਮਤਲਬ ਪਸ਼ੂਆਂ ਦਾ ਮੇਲਾ ਸੀਗਾ ਕੱਟਿਆਂ ਦਾ ਤੇ ਉਹ ਲੈ ਕੇ ਕੱਟੇ ਲੈ ਕੇ ਆਏ ਆ ਨਵੀਂ ਬਰੀਡਿੰਗ ਵਾਸਤੇ। ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈਗਾ ਇਹ? ਇਹ ਸਿਲੈਕਸ਼ਨ ਹੋਣੀ ਸੀਗੀ ਜਿਹੜੇ ਪਿਓਰ ਮਤਲਬ ਹੈਗੇ ਸੀ ਨੀਲੀ ਰਾਵੀ ਦੇ ਬੱਚੇ ਉਹਨਾਂ ਦੀ ਸਿਲੈਕਸ਼ਨ ਹੋਣੀ ਸੀ ਉਸ ਵਾਸਤੇ ਸਾਰੇ ਪਸ਼ੂ ਲੈ ਕੇ ਆਏ ਆ। ਇਸ ਬਾਰੇ ਜਾਣਕਾਰੀ ਸਾਨੂੰ ਮਿਲ ਰਹੀ ਹੈ ਹਾਂਜੀ, ਬਾਕੀ ਸਾਨੂੰ ਉਤਸ਼ਾਹਿਤ ਹੋਣ ਦਾ ਮੌਕਾ ਮਿਲਿਆ ਹੈ ਵੀ ਇਸ ਕਰਕੇ ਅਸੀਂ ਮਹਿਕਮੇ ਨੂੰ ਬਹੁਤ ਧੰਨਵਾਦ ਕਰਦੇ ਹਾਂ। ਅੱਗੋਂ ਵਾਸਤੇ ਜੀ ਪਸ਼ੂਆਂ ਦੀ ਸਾਫ ਸੁਣ ਕਿਸ ਤਰ੍ਹਾਂ ਦੀ ਜਾਣਕਾਰੀ ਅੱਜ ਇੱਥੇ ਪਸ਼ੂ ਮੇਲੇ ਤੋਂ ਦਿੱਤੀ? ਹਾਂਜੀ, ਪਸ਼ੂ ਮੇਲੇ ਤੋਂ ਸਾਨੂੰ ਜਾਣਕਾਰੀ ਜ਼ਿਆਦਾ ਇਸ ਕਰਕੇ ਮਿਲੀ ਹੈ ਵੀ ਇੱਕ ਤਾਂ ਪਸ਼ੂਆਂ ਨੂੰ ਹੀਟ ਹੋਣ ਦਾ ਜਿਹੜਾ ਨਾ ਵੀ ਟਾਈਮ ਦਾ ਪਤਾ ਲੱਗਿਆ, ਦੂਜਾ ਚੰਗੇ ਮਤਲਬ ਮਨਜ਼ੂਰਸ਼ੁਦਾ ਜਿਹੜਾ ਨਾ ਟੀਕੇ ਲਵਾਉਣੇ। ਕਈ ਵਾਰੀ ਅਸੀਂ ਕੀ ਕਰਦੇ ਹਾਂ ਜੀ, ਆਮ ਪ੍ਰਾਈਵੇਟ ਕੋਲ ਲਵਾ ਲੈਂਦੇ, ਉਹਦਾ ਕੋਈ ਪਤਾ ਨਹੀਂ ਹੁੰਦਾ। ਹਾਂਜੀ, ਨਾਓ ਜੀ ਡਾਕਟਰ ਤੇਜਵੀਰ ਸਿੰਘ ਰੰਧਾਵਾ, ਮੈਂ ਪ੍ਰੋਜੈਕਟ ਕੋਆਰਡੀਨੇਟਰ ਨੀਲੀ ਰਾਵੀ ਪੈਡੀਗਰੀ ਸਿਲੈਕਸ਼ਨ ਪ੍ਰੋਜੈਕਟ ਜਿਹੜਾ ਰਾਸ਼ਟਰੀ ਗੋਕੁਲ ਮਿਸ਼ਨ ਦੇ ਅਧੀਨ ਚਲਾਇਆ ਜਾ ਰਿਹਾ ਅਤੇ ਉਹਦੇ ਵਾਸਤੇ ਜੀ ਅੱਜ ਕਾਫ ਰੈਲੀ ਦੇ ਸੰਬੰਧ ਵਿੱਚ ਇੱਥੇ ਪਹੁੰਚੇ ਪਿੰਡੀ। ਸਰ, ਕਿਵੇਂ ਦੀ ਇਹ ਰੈਲੀ ਰਹੀ ਹੈ ਜਿਹੜੀ ਅੱਜ ਹੋਈ? ਮੈਨੂੰ ਦੇਖਣ ਨੂੰ ਤਾਂ ਲੱਗਦਾ ਵੀ ਬਹੁਤ ਵਧੀਆ ਰੈਲੀ ਰਹੀ ਆ, ਬੜੇ ਵਧੀਆ ਕਾਫਸ ਇੱਥੇ ਆਏ ਆ ਜਿਹੜੇ ਸਾਡੇ ਪ੍ਰੋਜੈਕਟ ਦੇ ਅਧੀਨ ਜਿਹੜੇ ਉਹ ਪੈਦਾ ਹੋਏ ਆ। ਹਰ ਇੱਕ ਕਾਫ ਜਿਹੜਾ ਉਹ ਵੇਖੋ ਉਹਦੇ ਕਾਗਜ਼ ਵਿੱਚ ਟੈਗ ਪਿਆ, ਟੈਗ ਦਾ ਮਤਲਬ ਇਹ ਆ ਵੀ ਉਹਦੀ ਪਛਾਣ ਆ, ਉਹਦਾ ਆਧਾਰ ਨੰਬਰ ਆ। ਟੈਗ ਨੰਬਰ ਭਰ ਕੇ ਅਸੀਂ ਉਹਦੇ ਮਾਂ ਪਿਓ ਉਹਦੇ ਲੱਭ ਸਕਦੇ ਹਾਂ ਔਰ ਉਹਦੀ ਪੈਦਾਵਾਰ ਸੰਬੰਧੀ ਵੀ ਸਾਨੂੰ ਜਾਣਕਾਰੀ ਜਿਹੜੀ ਉਹ ਮਿਲ ਸਕਦੀ ਹੈ। ਸਾਰੇ ਐਨੀਮਲਸ ਜਿਹੜੇ ਉੱਥੇ ਟੈਗਡ ਆ, ਵਧੀਆ ਕਾਫ ਰੈਲੀ ਇੱਥੇ ਜਿਹੜੀ ਪਿੰਡ ਪਿੰਡੀ ਦੇ ਵਿੱਚ ਲਾਈ ਹੈ। ਸਰ, ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਅੱਗੇ ਵੀ ਚਾਹੇ ਜਿਹੜੇ ਪਸ਼ੂ ਪਾਲਣ ਜਾਗਰੂਕ ਕੀਤਾ ਜਾ ਸਕਦਾ? ਵੇਖੋ ਜੀ, ਇਹ ਪ੍ਰੋਜੈਕਟ ਜਿਹੜੇ ਆ ਇਹ ਹੋਰ ਵੀ ਮਤਲਬ ਚੱਲ ਰਹੇ ਜਗ੍ਹਾ 'ਤੇ, ਜਿੱਦਾਂ ਸਾਡੇ PT ਪ੍ਰੋਜੈਕਟ ਚੱਲ ਰਿਹਾ ਹਰਿਆਣਾ ਅਤੇ ਪਟਿਆਲਾ ਦੇ ਵਿੱਚ, ਸਾਹੀਵਾਲ PT ਪ੍ਰੋਜੈਕਟ ਚੱਲ ਰਿਹਾ ਅਬੋ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਵਿੱਚ। ਇਹ ਸਾਰੇ ਪ੍ਰੋਜੈਕਟ ਪਸ਼ੂ ਪਾਲਕਾਂ ਦੇ ਹਿੱਤ ਵਾਸਤੇ, ਆਉਣ ਵਾਲੇ ਸਮੇਂ ਵਾਸਤੇ ਨਸਲ ਸੁਧਾਰ ਦੇ ਵਿੱਚ ਹਿੱਸਾ ਪਾਉਣ ਵਾਸਤੇ, ਤਾਂ ਕਿ ਸਾਡੀ ਪੈਦਾਵਾਰ ਜਿਹੜੀ ਆ ਉਹ ਵੱਧ ਸਕੇ, ਉਹਦੇ ਵਾਸਤੇ ਜਿਹੜੇ ਆ ਉਹ ਸਾਰੇ ਪ੍ਰੋਜੈਕਟ ਜਿਹੜੇ ਚਲਾਏ ਜਾ ਰਹੇ ਆ। ਇਹ ਸਾਰੀਆਂ ਪ੍ਰੋਜੈਕਟ ਦੇ ਤਹਿਤ ਗਤੀਵਿਧੀਆਂ ਨੇ, ਕੈਂਪ ਲਾਉਂਦੇ ਆ ਔਰ ਕਾਫ ਰੈਲੀ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਸ ਵੱਲ ਪ੍ਰੇਰਿਤ ਕਰਨ ਵਾਸਤੇ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।